ਥੋੜੇ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਜਿਹੜੀ ਕੋਸਟਲ ਗੈਸ ਲਿੰਕ ਨਦਰਨ BC ਦੇ ਵਿੱਚ ਆ ਉਸ ਇੱਕ ਥਾਂ ਦੇ ਉੱਤੇ ਆਰਐਸਪੀ ਨੂੰ ਖਬਰ ਆਈ ਸੀ ਕਿ ਉਹਨੂੰ ਡੈਮੇਜ ਕੀਤਾ ਗਿਆ ਕੁਝ ਲੋਕਾਂ ਨੇ ਉੱਥੇ ਉਹਨੂੰ ਤੋੜ ਦਿੱਤਾ ਉਹਨਾਂ ਦੇ ਜਿਹੜੇ ਵਹੀਕਲ ਖੜੇ ਸੀ ਫਰਵਰੀ 17 ਨੂੰ ਉੱਥੇ ਪੁਲਿਸ ਗਈ ਸੀ 60 ਕਿਲੋਮੀਟਰ ਹਿਊਸਟਨ ਤੋਂ ਇੱਕ ਪਾਸੇ ਨੂੰ ਇਹ ਜਗ੍ਹਾ ਆ ਜਿੱਥੇ 20 ਜਣੇ ਆਏ ਤੇ ਉਹਨਾਂ ਨੇ ਆ ਕੇ ਸਿਕਿਉਰਿਟੀ ਗਾਰਡਸ ਦੇ ਉੱਤੇ ਅਟੈਕ ਕਰ ਦਿੱਤਾ ਜਿਹੜੇ ਮੁਲਾਜ਼ਮ ਸੀ ਉੱਥੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਤੇ ਜਿੱਨਾ ਉੱਥੇ ਨੈਚੁਰਲ ਗੈਸ ਪਾਈਪਲਾਈਨ ਦੀ ਕੰਸਟਰਕਸ਼ਨ ਸਾਈਟ ਸੀਗੀ ਜਿਹੜਾ ਉੱਥੇ ਸਮਾਨ ਪਿਆ ਸੀ ਉਹਨੂੰ ਤਬਾਹ ਕਰ ਦਿੱਤਾ ਹੁਣ ਉਸ ਦਿਨ ਦੀਆਂ ਤਿੰਨ ਸ਼ਾਰਟ ਵੀਡੀਓ ਪੁਲਿਸ ਨੇ ਕਲਿੱਪਸ ਜਿਹੜੇ ਆ ਉਹ ਰਿਲੀਜ਼ ਕੀਤੇ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ 20 ਜਣੇ ਆਏ ਉਹਨਾਂ ਨੇ ਇੱਕੋ ਜਿਹੇ ਕੱਪੜੇ ਪਾਏ ਸੀ ਇਹ ਇਥੇ ਇਹ ਵੀ ਤੁਹਾਨੂੰ ਦੱਸ ਦੇਣਾ ਜ਼ਰੂਰੀ ਆ ਕਿ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ ਮੂਲ ਨਿਵਾਸੀਆਂ ਦੀਆਂ ਟੈਰਿਟਰੀਜ਼ ਦੇ ਥਾਂ ਦੇ ਉੱਤੋਂ ਜਿਹੜੀ ਇਹ ਪਾਈਪਲਾਈਨਸ ਲੰਘ ਰਹੀਆਂ ਆ ਉਹ ਇਹਨਾਂ ਦਾ ਲਗਾਤਾਰ ਲੰਬੇ ਸਮੇਂ ਤੋਂ ਵਿਰੋਧ ਕਰਦੇ ਆਏ ਆ ਸਰਕਾਰਾਂ ਨੇ ਇਹ ਪਾਈਪਲਾਈਨ ਨੂੰ ਅੱਗੇ ਵਧਾਉਣ ਦੇ ਲਈ ਆਦੇਸ਼ ਦਿੱਤੇ ਆ ਪਰ ਉਹ ਫੇਰ ਵੀ ਕਿਤੇ ਨਾ ਕਿਤੇ ਗਾਹੇ-ਗਾਹੇ ਆ ਕੇ ਇਹਨੂੰ ਰੋਕਣ ਦੇ ਯਤਨ ਕਰਦੇ ਰਹਿੰਦੇ ਆ ਜਿਹਦੇ ਵਿੱਚੋਂ ਮੰਨਿਆ ਜਾ ਰਿਹਾ ਕਿ ਇਹ ਵੀ ਇੱਕ ਯਤਨ ਸੀਗਾ ਇਹ ਤਿੰਨ ਜਿਹੜੀਆਂ ਸ਼ਾਰਟ ਵੀਡੀਓ ਸਾਹਮਣੇ ਆਈਆਂ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਲੋਕ ਆ ਉਹਨਾਂ ਨੇ ਲਗਭਗ ਜਿਹੜੇ ਡਿਸਪੋਜ਼ੇਬਲ ਜੰਪਸੂਟ ਪਾਏ ਆ ਇੱਕੋ ਜਿਹੇ ਕੱਪੜੇ ਪਾਏ ਆ ਤੇ ਵਹੀਕਲ ਦੇ ਉੱਤੇ ਅਟੈਕ ਕਰਦੇ ਆ ਪ੍ਰਾਪਰਟੀ ਦੇ ਉੱਤੇ ਅਟੈਕ ਕਰਦੇ ਆ ਕੋਸਟਲ ਗੈਸਲਿੰਕ ਵੈਬਸਾਈਟ ਦੇ ਉੱਤੇ ਦੱਸ ਰਿਹਾ ਕਿ ਇਹਨਾਂ ਨੇ ਜਿਹੜੇ ਮਾਸਕ ਪਾਏ ਆ ਤੇ ਇਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਆ ਪਰ ਕਿਸੇ ਨੂੰ ਇਹਨਾਂ ਨੇ ਨੁਕਸਾਨ ਨਹੀਂ ਪਹੁੰਚਾਇਆ ਪਰ ਸਮਾਨ ਨੂੰ ਉੱਥੇ ਨੁਕਸਾਨ ਜ਼ਰੂਰ ਪਹੁੰਚਾਇਆ ਆਰਸੀਐਮਪੀ ਦੱਸ ਰਹੀ ਆ ਕਿ ਇਹਨਾਂ ਲੋਕਾਂ ਨੇ ਸਮੋਕ ਬੰਬ ਵੀ ਆਰਸੀਐਮਪੀ ਦੇ ਉੱਤੇ ਛਿੱਟੇ ਆ ਜਿਹਦੇ ਨਾਲ ਕਿ ਉਹ ਅੱਗੇ ਨਾ ਵੱਧ ਸਕਣ ਇਹ ਜਦੋਂ ਆਰਐਸਸੀ ਆਰਸੀਐਮਪੀ ਨੂੰ ਇਹ ਜਦੋਂ ਸੂਚਨਾ ਮਿਲਦੀ ਹੈ ਕਿ ਉੱਥੇ ਇਸ ਤਰੀਕੇ ਦੇ ਨਾਲ ਕੁਝ ਲੋਕ ਪੰਨ ਤੋੜ ਕਰ ਰਹੇ ਆ ਤਾਂ ਜਦੋਂ ਆਰਐਸਸੀ ਇਹਨਾਂ ਦੇ ਰਸਤੇ ਦੇ ਵਿੱਚ ਵੱਢ ਕੇ ਦਰਖਤ ਵੀ ਸਿੱਟੇ ਗਏ ਤਾਂ ਕਿ ਇਹਨਾਂ ਨੂੰ ਰੋਕਿਆ ਜਾ ਸਕੇ ਮਿਲੀਅਨਸ ਆਫ ਡਾਲਰਸ ਦਾ ਉੱਥੇ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਇਹ ਜਿਹੜੇ ਬਹੁਤ ਸਾਰੇ ਜਿਹੜੇ ਇੰਡੀਜੇਨਸ ਗਰੁੱਪ ਨੇ ਉਹਨਾਂ ਦੀ ਅਪਰੂਵਲ ਵੀ ਮਿਲ ਚੁੱਕੀ ਆ ਇਸ ਥਾਂ ਦੇ ਉੱਤੇ ਪਰ ਕੁਝ ਦਾ ਇਹਦੇ ਉੱਤੇ ਇਤਰਾਜ਼ ਵੀ ਹੈਗਾ ਆ ਇਹ ਜਿਹੜੀ ਇੱਕ ਕੁਝ ਜਿਹੜੀਆਂ ਇਸ ਸਾਰੇ ਕੁਝ ਦੇ ਵਿੱਚ ਸਾਈਨ ਵੀ ਹੋਏ ਆ ਉਹਦੇ ਉਸ ਮਾਮਲੇ ਦੇ ਵਿੱਚ ਵੀ ਹੈਗਾ ਤੇ RCMP ਜਦੋਂ ਹੁਣ ਉਹ ਵੀਡੀਓ ਦੇ ਰਹੀ ਹੈ ਤਾਂ ਕਹਿ ਰਹੀ ਹੈ ਕਿ ਜੇ ਕਿਸੇ ਨੂੰ ਇਹਦੇ ਬਾਰੇ ਹੋਰ ਜ਼ਿਆਦਾ ਪਤਾ ਹੋਵੇ ਤਾਂ 250 845 2204 ਦੇ ਉੱਤੇ ਫੋਨ ਕਰਕੇ ਸਾਨੂੰ ਜਾਣਕਾਰੀ ਦਵੇ ਕੁਝ ਦਿਨ ਪਹਿਲਾਂ ਦੀ ਇਹ ਖਬਰ ਕਿਸੇ ਤਰ੍ਹਾਂ RCMP ਦਾ ਵੀਰਾ ਰੋਕਿਆ ਗਿਆ ਸੀ ਇਸ ਕੋਸਟਲ ਗੈਸ ਲਿੰਕ ਨੂੰ ਰੋਕਣ ਦੇ ਲਈ ਪੰਨ ਤੋੜ ਕੀਤੀ ਗਈ ਜਿੰਨੇ ਉੱਥੇ ਵਹੀਕਲ ਖੜੇ ਸੀ ਉਹਨਾਂ ਦੀ ਪੰਨ ਤੋੜ ਵੀ ਕੀਤੀ ਗਈ ਆ ਅੱਜ ਜਿਹੜੀ ਇਹ ਕੰਸਟਰਕਸ਼ਨ ਆ 607 ਕਿਲੋਮੀਟਰ ਨੇਚਰਲ ਗੈਸ ਪਾਈਪਲਾਈਨ ਦੀ 2119 ਦੇ ਵਿੱਚ ਸ਼ੁਰੂ ਹੋਈ ਸੀ ਤੇ ਅਗਲੇ ਸਾਲ ਆਸ ਆ ਕਿ ਜੇ ਇਹਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਏ ਰੋਕਿਆ ਨਾ ਗਿਆ ਤਾਂ ਇਹ ਅਗਲੇ ਸਾਲ ਦੇ ਆਖਰ ਤੱਕ ਪੂਰੀ ਹੋ ਜਾਏਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ